थोड़ी ही नूह हाँ मैं तुसी ही व्याह के लेके आए हो मैनू मैं कोई गैर नहीं हैगी भी थोड़े तो मैं हसदी नहीं जरी जांदी सानू नहीं फोन फोन दा पता लग्या थोनू ए पता भी असी केड़े हालातां च सी तेरियां मिलना चलदियां ने हैं खर्चे भी किन्ने पता नहीं सीगे मेरी दवाई बूटी ते तो चलदी नहीं है मेरे कहण दा मतलब सीगा भी कोई गलबात सुनाओ बोलो मम्मी दा फोन आ नाले सस सोहरे नू ना बाला हस हस के घुल मिलन दी लोड़ नहीं हैगी की गल कहन की दा फोन आ ऐ घूरी वट के देखन लगी हुई है मैनू हेलो ना हुण तू बड़ी हेलो हेलो करी जाना है मैं घंटे दी बोली जानी तू डन बट्टा बणया खड़ा है की बोलदे सी तुसी ना मेनू लगदा तू मेरी सारी गल सुनी होई भी अनसुनी करती मैं ता कल्ली ही बोली जांदी सीगी गल की सी माता ओ दस चंगा फिर दोबारा सुन ला तू आप दे सोहरे ना बड़ा कुली मिली ना हस हस के अपना मकसद इन्हां नू खाना ते आपा खा के रवांगे मम्मी मैं थोनू पहला भी कहा सी आपदियां आदतां सुधारो जिहड़ियां गल्लां तुसी कर रहे हो ना ए मेरे दिमाग च भी नहीं ए फालतू गल्लां करन लई मेरे कोल टाइम नहीं ਪੈ ਜਾਣੇ ਨੇ ਫੋਨ ਕੱਟਤਾ ਮਾਂ ਦੀ ਗੱਲ ਹੀ ਨਹੀਂ ਸੁਣਦਾ ਹੈਗਾ ਕਿਰਨ ਮੈਨੂੰ ਗਲਤ ਨਾ ਸਮਝੀ ਮੇਰੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਮੰਮੀ ਕਦੇ ਇਦਾਂ ਦੀਆਂ ਗੱਲਾਂ ਕਰ ਜਾਂਦੇ ਨੇ ਕਿਉਂਕਿ ਉਹਨਾਂ ਨੇ ਗਰੀਬੀ ਬਹੁਤ ਦੇਖੀ ਆ ਆਹ ਬੇਵਕੂਫ ਨਾ ਕਿਸੇ ਹੋਰ ਨੂੰ ਬਣਾਇਓ ਤੁਸੀਂ ਮੇਰੇ ਨਾਲ ਤੇ ਮੇਰੇ ਪਰਿਵਾਰ ਨਾਲ ਕਿੰਨਾ ਵੱਡਾ ਧੋਖਾ ਕੀਤਾ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਨਹੀਂ ਕਿਰਨ ਮੈਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਈ ਧੋਖਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਮੰਮੀ ਨੇ ਫੋਨ ਤੇ ਤੁਹਾਨੂੰ ਕੀ ਗੱਲਾਂ ਕਹੀਆਂ ਨੇ ਪਰ ਮੈਂ ਸੱਚਾ ਵਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੈਨੂੰ ਕਿਵੇਂ ਯਕੀਨ ਦਿਵਾਵਾਂ ਜੇ ਤੁਸੀਂ ਸੱਚੇ ਹੋ ਨਾ ਆਪਣੀ ਸੱਚਾਈ ਦਾ ਮੈਨੂੰ ਯਕੀਨ ਦਿਵਾਉਣਾ ਤਾਂ ਇੱਕ ਵਾਅਦਾ ਕਰੋ ਮੇਰੇ ਨਾਲ ਤੁਸੀਂ ਆਪਦੇ ਮਾਪਿਓ ਕੋਲ ਕਦੇ ਵੀ ਨਹੀਂ ਜਾਓਗੇ ਉਹਨਾਂ ਦਾ ਬਾਈਕਾਟ ਕਰੋਗੇ ਦੱਸੋ ਕਰੋਗੇ ਕਿਹੜੀ ਗੱਲ ਦਾ ਵਾਅਦਾ ਕਰਨ ਆ ਛੋਟੀ ਜੀ ਗੱਲ ਪਿੱਛੇ ਮੈਂ ਆਪਦੇ ਮਾਪਿਓ ਛੱਡਦਾ ਇਹ ਨਹੀਂ ਹੋਣਾ ਉਹਨਾਂ 'ਚ ਮੇਰੀ ਜਾਨ ਵੱਸਦੀ ਆ ਇਹ ਨਹੀਂ ਮੈਂ ਕਰ ਸਕਦਾ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਮਨ ਵਿੱਚ ਲਾਲਚ ਆ ਮੈਨੂੰ ਅੱਜ ਸਮਝ ਆਈ ਮੇਰਾ ਘਰ ਜਵਾਈ ਵਾਲਾ ਫੈਸਲਾ ਕਿੰਨਾ ਗਲਤ ਸੀ ਉਹ ਮੈਂ ਤਾਂ ਲੁਟੇਰਿਆਂ ਨੂੰ ਆਪਦੇ ਘਰ 'ਚ ਵੜ ਬੈਠੀ ਜਵਾਨ ਸੰਭਾਲ ਕੇ ਗੱਲ ਕਰੋ ਮੈਡਮ ਜੀ ਇੱਥੇ ਲੁਟੇਰਾ ਨਾ ਮੈਂ ਆ ਨਾ ਮੇਰੇ ਮਾਂ-ਬਾਪ ਆ ਹਾਂ ਮੇਰੀ ਮੰਮੀ ਕਦੇ-ਕਦੇ ਇਹੋ ਜੀ ਗੱਲ ਕਰ ਜਾਂਦੀ ਆ ਕਿਉਂਕਿ ਉਹਨੇ ਗਰੀਬੀ ਬਹੁਤ ਦੇਖੀ ਆ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵਾਹ ਜੀ ਵਾਹ ਤੁਹਾਨੂੰ ਕੀ ਲੱਗਦਾ ਤੁਸੀਂ ਇੰਨੀ ਉੱਚੀ ਆਵਾਜ਼ 'ਚ ਗੱਲ ਕਰਕੇ ਮੈਨੂੰ ਝੂਠੀ ਪਾ ਦੋਗੇ ਉਹ ਜੋ ਸੱਚ ਆ ਨਾ ਮੈਂ ਆਪਦੇ ਕੰਨੀ ਸੁਣਿਆ ਉਹ ਬਸ ਕਰ ਹਲੇ 4 ਦਿਨ ਨਹੀਂ ਹੋਏ ਵਿਆਹ ਨੂੰ ਤੇ ਤੂੰ ਮੇਰੀ ਮਾਂ ਦੇ ਮਗਰ ਪੈ ਗਈ ਵੱਡੀਏ ਸਿਆਣੀਏ ਤੂੰ ਵੀ ਆਪਦੇ ਮਾਪਿਓ ਦੀ ਖਾਤਰ ਹੀ ਮੈਨੂੰ ਘਰ ਜਵਾਈ ਬਣਾਇਆ ਤੇ ਤੂੰ ਹੁਣ ਕਹਿੰਨੀ ਆ ਮੈਂ ਆਪਦੇ ਮਾਪਿਓ ਛੱਡਦਾ ਇੱਕ ਗੱਲ ਕੰਨ ਖੋਲ ਕੇ ਸੁਣ ਲਾ ਉਹ ਮੇਰੇ ਮਾਪਿਓ ਨੇ ਭਾਵੇਂ ਚੰਗੇ ਨੇ ਭਾਵੇਂ ਮਾੜੇ ਨੇ ਮੈਂ ਉਹਨਾਂ ਨੂੰ ਨਹੀਂ ਛੱਡਣਾ ਅੱਛਾ ਇਹਦਾ ਮਤਲਬ ਤੁਸੀਂ ਮੈਨੂੰ ਛੱਡ ਸਕਦੇ ਹੋ ਪਰ ਆਪਦੇ ਮਾਪਿਓ ਨਹੀਂ ਛੱਡ ਸਕਦੇ ਮੈਂ ਤੈਨੂੰ ਕਦੋਂ ਛੱਡਣ ਦੀ ਗੱਲ ਕੀਤੀ ਆ ਮੈਂ ਜਿੰਨੀਆਂ ਗੱਲਾਂ ਸੁਲਝਾਉਣ ਦੀ ਕੋਸ਼ਿਸ਼ ਕਰਦਾ ਤੂੰ ਉਨੀ ਉਲਝਾਈ ਜਾਂਦੀ ਆ ਗੁਲਝਾਂ ਦਾ ਨਾ ਹੁਣ ਬਹੁਤ ਚੰਗੀਆਂ ਪੈ ਗਈਆਂ ਜਿਹੜੀਆਂ ਸੁਲਝਾਏ ਤੇ ਵੀ ਕਦੇ ਸੁਲਝਣੀਆਂ ਨਹੀਂ ਨਹੀਂ ਸੁਲਝਦੀਆਂ ਤਾਂ ਨਾ ਸੁਲਝਣ ਦੇਖ ਕਿਰਨ ਨਾ ਮੇਰੇ ਕੋਲ ਪੈਸਾ ਨਾ ਸ਼ੌਹਰਤ ਮੇਰੇ ਕੋਲ ਸਿਰਫ ਮਾਪਿਓ ਨੇ ਤੇ ਇੱਜ਼ਤ ਆ ਜੇ ਤੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਤਾਂ ਤੂੰ ਆਪਦੇ ਰਾਸਤੇ ਮੈਂ ਆਪਣੇ ਰਾਸਤੇ ਆਪਣੇ ਰਾਸਤੇ ਮਤਲਬ ਤੁਸੀਂ ਕੀ ਕਰੋਗੇ ਧਮਕੀ ਦੇ ਰਹੇ ਹੋ ਮੈਨੂੰ ਆਪਦੇ ਘਰ ਵਾਪਸ ਜਾਓਗੇ ਜਾਊਂਗਾ ਨਹੀਂ ਮੈਂ ਚੱਲਿਆ ਮੈਂ ਮਰਜ਼ੀ ਦਾ ਮਾਲਕ ਆ ਇਹ ਨਾ ਸੋਚੀ ਜੇ ਘਰ ਜਵਾਈਆਂ ਤਾਂ ਥੱਲੇ ਲੱਗ ਕੇ ਰਹੂੰਗਾ ਚੰਗਾ ਮੰਮੀ ਚੱਲਦਾ ਖਿਆਲ ਰੱਖੀ ਆਪਣਾ ਠੀਕ ਹੈ ਕਿਸੇ ਚੀਜ਼ ਦੀ ਫਿਕਰ ਨਾ ਕਰੀ ਅਤੇ ਮੰਮੀ ਤੁਸੀਂ ਖਿਆਲ ਰੱਖਿਓ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਣਾ ਕਾਫੀ ਦਿਨ ਲੱਗ ਸਕਦੇ ਆ ਤੁਸੀਂ ਨਾ ਘਰ ਦੀ ਟੈਨਸ਼ਨ ਬਿਲਕੁਲ ਵੀ ਨਾ ਲਿਓ ਅਤੇ ਦਿਲ ਲਾ ਕੇ ਕੰਮ ਕਰਿਓ ਅਤੇ ਹੋ ਸਕਿਆ ਛੇਤੀ ਵਾਪਸ ਆਇਓ ਕੰਮ ਵੱਲ ਧਿਆਨ ਮੇਰਾ ਤਾਂ ਹੋਊਗਾ
जे मैनू तेरी कोई फिक्र नहीं होगी मम्मी मैं हाथ जोड़ना कोई भी यह जी हरकत या कोई भी यह जी गल्ला ना सुनायो जिदे नाल इनू टेंशन होवे ते जे मैनू पता लग गया भी कोई पिछों यह गल हुई आ मैं उन्हां पैरे वापस आ जाना बैग चकना ते सीधा ठा करे बजूंगा ना मैं कमली हाँ भी जेड़ा इनू कुछ कहूँगी नाले गल सुन मेरी कोई कम कुम छड के नहीं आना वो पहले ही हथ टैट आ ना तो ही चलिया वा पर हथ होर टैट ना हो मैं कम कुम नहीं देखना उस टाइम मनप्रीत का ख्याल तू रखना क्योंकि तू ओदी भाभी है तुसी भी दोनों का ख्याल रखना तो तू एक गल होर खाने पा ला अपने तेरा मैनू रोज़ फोन आना चाहिए तेरा फोन टुट गया खराब हो गया बैटरी लो सी मैं कोई गल नहीं सुननी रोज़ मेरे नाल गल करनी है घर दे विच जिहड़ी गल होई आ मैनू सारा कुछ दसना तो जिद्दन तेरा फोन ना आया उद्दन भी मैं इत्थे वापस आ जाना रोज़ गल होनी चाहिए आ चंगा चंगा मम्मी ख्याल रखा अपना फोन खो हां जी मम्मी तेरा फोन किथे आ ना कुड़ी वाल की झाकदी है जेड़ी गल करनी है तू मेरे ना कर फोन तो असी लिया फड़ हूँ तू दस मुंडे को किमें गल करेंगी मम्मी जी लगता तुसी भुल गई थोड़े सामने थोड़ा मुंडा हूने कह के गया कि मिंदो जिस दिन तू मेरे ना फोन ते गल ना की मैं उस दिन वापस आ जाना सब पता मैनू कन्न खुले सी मेरे कहिंदे हुंदे ने ना तोते दी जान मिर्चा विच वसदी आ ते तेरी जान तेरी धी रवदीप च भाभी कन्न खोल के एक गल सुन ला जे ते वीरे नू साडे खिलाफ भड़काया ना तो तू सोच भी नहीं सकती असी तेरी धी नाल की करांगे थोनू की लगता भी तुसी मैनू कुछ गल्लां कहोगियां तो थोड़ियां गल्लां मन के मैं देव कोल कोई गल नहीं करूँगी मैं सारा कुछ देव नू दसूँगी तो ये भी दसूँगी तुसी घरों बार पैर पट्टिया भी नहीं तो दोनों मावं धियाँ शुरू हो गया मैनू बोलण नू गल सुन मेरी फोन तेरा साढ़े हाथ में है और जब मैं तेनू सीटन लई रसोई के मूहरे तेल सीट सकती हाँ तो तू सोच तेरी धी नाल की कर सकते हैं जानी ओह तेल तुसी डोलिया सी ताकि मैं डिग सकाँ ते मेरी धी थोड़ी कुछ नहीं लगती नहीं लगती कुछ ना मैनू तू चंगी लगती है ना तेरी धी चंगी लगती है ते ना आने वाला बच्चा नाले जेड़ी गल की भाभी तुसी फोन दी कोई गल नहीं तुसी वीरे नाल गल करिया भी करोगे रोज़ गल करिया करोगे पर साढ़े सामने जबान थोड़ी होया करूगी बोल साढ़े होया करनगे गलत फहमी है तेरी ना तो मैं देव कोई झूठी गल करूँगी तो ना ही थोड़े बोल बोलूँगी जो सच होगा उ दसूँगी तुसी मैनू रोक के तो दिखाओ किवें रोक दियो रुकेगी तो तू आपे जब तेरे पेके जाके नवे जवाई दे सामने तेरे माँ प्यो का जलूस कढ़िया मैं जे तुसी साड़ी बीरे को शिकायत लाई भी तो बीरे नू आउण नू एक या डेढ़ दिन लग जाना ते थोड़े पेके वह तो 20 मिनट की दूरी ते ने तुसी आप सोचो असी की करांगे मनप्रीत तू भी व्याही हुई है ना तेरे भी सोहरे हैगे है ना ओ किन्ना के तेरे माँ बाप तेरी हर एक गल दे विच लैके आउंदे आ गल अपनी चलदी पई आ मेरे माँ प्यो नू विच क्यों बड़ी जांदे हो क्योंकि हर एक गल दे विच तू मेरे पुत नू वाड़दी आ हुण असी तेरे मापे वाड़ांगे मम्मी ये तुसी सही नहीं करदे पए थोनू पता इहदे नाल तुहाडे पुत दा ही घर खराब होऊगा जो मर्जी हुंदा हो जावे वैसे भी तू सानू चंगी नहीं लगदी जा जाके पकौड़े कढ ला
ਉਦੋਂ ਦਾ ਤੇਰਾ ਮੂਡ ਖਰਾਬ ਸੀ ਨਾ, ਤੂੰ ਥੱਕੀ ਹੋਈ ਸੀ। ਅੱਜ ਤਾਂ ਮੰਮੀ ਨੇ ਤੇਰੀ ਗੱਲਾਂ 'ਚ ਹੀ ਥਕਾਵਟ ਲਾਤੀ। ਜਾ ਪਕੌੜੇ ਬਣਾ ਜਾ ਕੇ। ਉਹ ਖੜੀ ਝਾਕੀ ਕੀ ਜਾਨੀ ਆ, ਨਾਲ ਚਟਣੀ ਵੀ ਕੁੱਟਣੀ। ਕਰ ਲਾ ਸੇਵਾ, ਤੈਨੂੰ ਮੇਵਾ ਹੀ ਮਿਲੂਗਾ। ਚੱਲ ਪੁੱਤ ਚੱਲੀਏ। ਇਹਨੇ ਵੀ ਢਹਿ ਜਾਣੇ ਨੇ, ਹੁਣੇ ਹੀ ਖਰਾਬ ਹੋਣਾ ਸੀ। ਮੇਰੀ ਜ਼ਿੰਦਗੀ ਵਾਂਗੂ ਇਹ ਵੀ ਰੁਕ ਰੁਕ ਕੇ ਚੱਲਦਾ। ਮਾਤਾ ਖਰਾਬ ਤਾਂ ਤੂੰ ਮੇਰੀ ਜ਼ਿੰਦਗੀ ਕਰਤੀ, ਹਲੇ ਕੱਲ ਮੇਰਾ ਵਿਆਹ ਹੋਇਆ ਤੇ ਤੂੰ ਤਲਾਕ ਤਰਾਉਣ ਤੇ ਤੁਰ ਪਈ। ਕੀ ਗੱਲ ਹੋਈ ਗਗਨ ਪੁੱਤ, ਇੰਨਾ ਘਬਰਾਇਆ ਕਿਉਂ ਹੋਇਆ? ਬਾਪੂ ਘਬਰਾਵਾਂ ਨਾਲ ਤਾਂ ਕੀ ਕਰਾਂ, ਮੈਨੂੰ ਲੱਗਦਾ ਇਹਨੇ ਮੇਰਾ ਘਰ ਵਸਣ ਨਹੀਂ ਦੇਣਾ। ਜਿਹੋ ਜਿਹੀਆਂ ਇਹਦੀਆਂ ਜਿੱਦਾਂ ਨੇ ਨਾ, ਇਹਨੇ ਕੋਈ ਨਾ ਕੋਈ ਕਾਰਾ ਕਰਾ ਕੇ ਹਟਣਾ। ਨਾ ਹੋਇਆ ਕੀ ਆ, ਤੂੰ ਆ ਕੇ ਮੈਨੂੰ ਬੋਲਣ ਲੱਗ ਗਿਆ, ਮੈਂ ਤਾਂ ਕੁਝ ਕੀਤਾ ਵੀ ਨਹੀਂ ਆ। ਸਾਰਾ ਕੁਝ ਤਾਂ ਮਾਤਾ ਤੂੰ ਕੀਤਾ, ਇਹੋ ਜਿਹੀ ਕੋਈ ਗੱਲ ਰਹਿ ਨਾ ਗਈ ਹੋਵੇ ਕਿ ਜਿਹੜੀ ਤੂੰ ਫੋਨ ਤੇ ਨਾ ਕੀਤੀ ਹੋਵੇ। ਉਹ ਫੋਨ ਮੈਂ ਨਹੀਂ ਕਿਰਨ ਸੁਣ ਰਹੀ ਸੀ। ਕੀ ਆਹਾ ਬੋਲਣ ਲੱਗਿਆ, ਤੈਨੂੰ ਪਤਾ ਹੀ ਲੱਗਦਾ। ਪੁੱਤ ਕਿਹਾ ਕੀ ਆ ਤੇਰੀ ਮਾਂ ਨੇ? ਇਹ ਪੁੱਛੋ ਕੀ ਨਹੀਂ ਕਿਹਾ। ਉਹਨਾਂ ਨਾਲ ਕੁੜੀ ਮਿਲੀ ਨਾ, ਉਹਨਾਂ ਨਾਲ ਪੈਸਿਆਂ ਨਾਲ ਵਰਤੀ, ਕਿੱਥੇ ਪੈਸਾ ਰੱਖ ਦਿਆ, ਕਿੱਥੇ ਕੀ ਕਰ ਦਿਆ, ਸਾਰਾ ਕੁਝ ਬੋਲ ਚੁੱਕੀ ਆ ਉਹਨਾਂ ਨੂੰ। ਉਹ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਵੀ ਨਹੀਂ ਸੀ ਨਾ, ਇਹਨੇ ਤਾਂ ਉਹ ਗੱਲਾਂ ਵੀ ਕਿਰਨ ਦੇ ਦਿਮਾਗ 'ਚ ਪਾਤੀਆਂ। ਬੂ ਨਹੀਂ, ਮੈਂ ਮਰ ਜਾ। ਹੈ ਸਹੁਰਿਆਂ ਨੇ ਦੇਖ ਲੈ ਸਿਰ 'ਚ ਘੋਲ ਕੇ ਕੀ ਪਾਤਾ, ਤੈਨੂੰ ਤਾਂ ਮਾਂ ਪਿਓ ਨਾਲ ਗੱਲ ਕਰਨ ਤਮੀਜ਼ ਹੀ ਨਹੀਂ ਰਹੀ ਹੈਗੀ। ਵਿਆਹ ਤੋਂ ਬਾਅਦ ਪਹਿਲੀ ਵਾਰੀ ਘਰੇ ਆਇਆ, ਨਾ ਕੋਈ ਪੈਰੀ ਪੋਣਾ ਕੀਤੀ, ਨਾ ਕੋਈ ਦੁਆ ਨਾ ਸਲਾਮ। ਹੈ ਆ ਕੇ ਗੱਲ ਨੂੰ ਪੈ ਗਿਆ ਨਾ, ਪਹਿਲਾਂ ਵੀ ਤਾਂ ਮੈਂ ਛਿੱਤਰ ਖਾਂਦੀ ਸੀ ਤੇ ਹੁਣ ਵੀ ਛਿੱਤਰ ਖਾਵਾ ਦਿੱਤਾ ਮੈਂ। ਮਾਤਾ ਡਰਾਮੇ ਨਾ ਕਰ, ਤੇਰੇ ਮਨ 'ਚ ਕੋਈ ਲਾਲਚ ਹੋਣਾ, ਪਰ ਮੇਰੇ ਮਨ 'ਚ ਕੋਈ ਲਾਲਚ ਨਹੀਂ ਹੈਗਾ। ਮੈਂ ਅੱਜ ਵੀ ਆਪਦੀ ਮਿਹਨਤ ਤੇ ਯਕੀਨ ਰੱਖਦਾ, ਜੇ ਨੀਤਾ ਸਿੱਧੀਆਂ ਹੋਣ ਨਾ ਫਿਰ ਰੱਬ ਵੀ ਕੁਝ ਲੁਕੋ ਕੇ ਨਹੀਂ ਰੱਖਦਾ। ਸਹੀ ਗੱਲ ਕਹੀ ਆ ਪੁੱਤ, ਸਹੀ ਗੱਲ। ਪਹਿਲਾਂ ਤੂੰ ਇਹ ਦੱਸ, ਤੇਰੀ ਬਹੂ ਨਾਲ ਕੋਈ ਗਲਤੀ ਨਹੀਂ ਹੋਈ, ਕੋਈ ਲੜਾਈ ਲੋੜੀ ਤਾਂ ਹੀ ਹੋਈ ਉਹਨਾਂ ਨਾਲ? ਉਹ ਕਿਉਂ ਨਹੀਂ ਹੋਈ, ਮੈਂ ਤਾਂ ਲੜ ਕੇ ਆਇਆ ਘਰੇ। ਅਗਲੀ ਸਿੱਧਾ ਕਹਿੰਦੀ ਆ ਕਿ ਆਪਦੇ ਮਾਂ ਪਿਓ ਨੂੰ ਛੱਡ ਦੇ। ਦੱਸ ਮਾਤਾ ਛੱਡਦਾ ਫਿਰ, ਹੋ ਜਾ ਪਿੱਛੇ। ਨਾ ਨਾ ਪੁੱਤ, ਆ ਦੇਖ ਲੈ ਮੈਂ ਸੌਰੀ ਬੋਲਦੀ ਆ, ਅੱਜ ਤੋਂ ਬਾਅਦ ਮੈਂ ਫੋਨ ਤੇ ਕੁਝ ਨਹੀਂ ਕਹੂੰਗੀ। ਉਹ ਫੋਨ ਤੇ ਛੱਡ ਮਾਤਾ, ਤੂੰ ਅੱਜ ਤੋਂ ਬਾਅਦ ਮੇਰੇ ਨਾਲ ਵੀ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ। ਨਹੀਂ ਨਹੀਂ ਪੁੱਤ, ਹੁਣ ਨਹੀਂ ਮੈਂ ਕਰਦੀ, ਗਲਤੀ ਹੋ ਗਈ, ਅੱਜ ਤੋਂ ਬਾਅਦ ਦੀ ਦੁਬਾਰਾ ਕਰਦੀ। ਤੂੰ ਹੁਣ ਐਂ ਕਰ, ਫੋਨ ਲਾ, ਇੱਕ ਵਾਰੀ ਕਿਰਨ ਨਾਲ ਮੇਰੀ ਗੱਲ ਕਰਾ, ਮੈਂ ਉਹਨੂੰ ਨਾ ਆਪੇ ਸਮਝਾ ਦੂੰਗੀ। ਉਹ ਬਸ ਕਰ ਮਾਤਾ, ਤੇਰੇ ਨਾਲ ਗੱਲ ਕਰਾ ਕੇ ਨਾ ਮੈਂ ਹੋਰ ਕੰਮ ਨਹੀਂ ਖਰਾਬ ਕਰਾਉਣਾ ਆਪਦਾ। ਲੈ ਐਂ ਕਿਵੇਂ ਨਹੀਂ ਗੱਲ ਕਰਾਉਣੀ, ਜੇ ਗੱਲ ਨਹੀਂ ਨਾ ਕਰਾਂਗੇ ਤਾਂ ਉਹਦੇ ਮਨ 'ਚ ਗਲਤ ਫਹਿਮੀਆਂ ਪੈਦਾ ਹੋ ਜਾਣਗੀਆਂ। ਮਾਤਾ ਗਲਤ ਫਹਿਮੀਆਂ ਮੈਂ ਆਪੇ ਦੂਰ ਕਰ ਲੂੰ, ਜਿੰਨੇ ਮੈਨੂੰ ਤੁਸੀਂ ਜ਼ਰੂਰੀ ਹੋ ਨਾ, ਉਨੇ ਹੀ ਮੇਰੇ ਸਹੁਰੇ ਜ਼ਰੂਰੀ ਨੇ ਮੇਰੇ ਲਈ। ਅੱਗੇ ਤੋਂ ਨਾ ਮੈਨੂੰ ਫੋਨ ਕਰਕੇ ਇਹੋ ਜਿਹੀਆਂ ਸਲਾਹਾਂ ਨਾ ਦੇਈ, ਨਾਲੇ ਜਿਹੜਾ ਮੇਰਾ ਮਨ ਕਹੂਗਾ ਨਾ ਮੈਂ ਉਹੀ ਕਰੂੰਗਾ।